ਵਾਲਾ ਦੀਪ ਖੋਲ ਕੇ ਬੈਠੇ ਹਾਂ, ਸਿਟੀ ਦਾ ਠੇਕਾ ਤੇ ਅਸੀਂ ਠੇਕੇ ਦੇ ਵਿੱਚ ਨਾ ਯਾਰ ਪ੍ਰੋਪਰ ਸਜਦੇ ਹੋ ਰਹੇ ਨੇ, ਉਹਦਾ ਰੀਜ਼ਨ ਹੈਗਾ। ਮੇਰੇ ਨਾਲ ਇਸ ਟਾਈਮ ਗੁਲਾਮ ਜੁਗਨੀ ਮੌਜੂਦ ਨੇ ਜਿਹਨਾਂ ਦਾ ਗਾਣਾ ਆਇਆ ਹੈਗਾ ਸਜਦਾ। ਸਰ ਵੈਲਕਮ ਹੈ ਰੇਡੀਓ ਸਿਟੀ ਦੇ ਵਿੱਚ। ਪਹਿਲਾਂ ਤਾਂ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ, ਔਰ ਰੇਡੀਓ ਸਿਟੀ ਵਾਲਿਆਂ ਨੂੰ ਵੀ ਮੇਰਾ ਧੰਨਵਾਦ ਹੀ ਹੈ, ਕਿਉਂਕਿ ਮੈਨੂੰ ਲੋਕਾਂ ਦੇ ਰੂਬਰੂ ਕਰ ਰਹੇ ਹੋ, ਜਿੰਨੇ ਵੀ ਮੈਨੂੰ ਸੁਣ ਰਹੇ ਆ ਸਾਰੇ ਸਰੋਤਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ, ਔਰ ਸਿਟੀ ਰੇਡੀਓ ਸਿਟੀ ਨੂੰ ਵੀ ਮੇਰਾ ਬਣਦਾ ਵੀ ਹਾਂ ਥੈਂਕ ਯੂ, ਕਿਉਂਕਿ ਲੋਕਾਂ ਦੇ ਸਾਹਮਣੇ ਮੈਨੂੰ ਪੇਸ਼ ਕੀਤਾ, ਪਤਾ ਨੀ ਕਿੰਨੇ ਲੋਕ ਮੈਨੂੰ ਸੁਣਦੇ ਹੋਣਗੇ। ਕੀ ਬਾਤ ਹੈ ਬਾਈ, ਥੋੜੀ ਬਾਤ ਜਲੰਧਰ ਤੋਂ ਲੈ ਕੇ ਚੰਡੀਗੜ੍ਹ ਵਾਲੇ ਤੱਕ ਜਾ ਰਹੀ ਹੈ, ਕਿਉਂਕਿ ਪਟਿਆਲਾ ਤੇ ਜਲੰਧਰ ਦੇ ਵਿੱਚ ਰੇਡੀਓ ਸਿਟੀ ਇਸ ਟਾਈਮ ਛਾ ਰਿਹਾ ਹੈਗਾ। ਸੋ ਭਾਜੀ ਗੱਲ ਕਰਾਂ ਮੈਂ ਪਹਿਲਾਂ ਤੇ ਨਵੇਂ ਗਾਣੇ ਸਜਦਾ ਦੀ, ਟਾਈਟਲ ਹੈਗਾ ਸਜਦਾ, ਇੱਕ ਰੂਹਾਨੀਅਤ ਵੀ ਹੁੰਦੀ ਹੈ ਹੈਨਾ। ਹੁਣ ਟਾਈਟਲ ਦੇ ਉੱਤੇ ਆਉਂਦੇ ਆ, ਕਿੱਦਾਂ ਜ਼ਿਹਨ ਚ ਆਇਆ ਕਿ ਆਪਾਂ ਸ਼ੁਰੂਆਤ ਜਿਹੜੀ ਕਰਨੀ ਹੈ ਇਸ ਗਾਣੇ ਦੀ, ਇਹ ਟਾਈਟਲ ਹੀ ਰੱਖਣਾ ਹੈ? ਬਿਲਕੁਲ, ਗਾਣੇ 4-5 ਤਿਆਰ ਕੀਤੇ ਗਏ ਸੀ। ਅੱਛਾ, ਸੋ ਸਾਡੀ ਇੱਕ ਲਾਈਨ ਹੁੰਦੀ ਆਪਣੀ ਆਪਣੀ, ਪਹਿਲਾਂ ਸਭ ਤੋਂ ਪਹਿਲਾਂ ਸਰਕਾਰਾਂ ਲਾਈਵ 1 ਆਈ ਸੀ, ਉਹਦੇ ਵਿੱਚ ਸਭ ਡਰਾਮਾ ਔਰ ਅਪਰ ਹਨਾ ਬਹੁਤ ਕਾਫੀ ਗੀਤ ਆਏ, ਮੇਰੇ ਰੌਲਾ ਪਾਉਣਾ, ਸਰਕਾਰਾਂ ਲਾਈਵ 2 ਵੀ ਆਈ, ਤਾਂ ਹੁਣ ਇਹ ਗੈਪ ਸੀ ਥੋੜੇ ਚਿਰ ਦਾ। ਅੱਛਾ, ਗੈਪ ਤੋਂ ਬਾਅਦ 5-6 ਟਰੈਕ ਕੀਤੇ ਪਏ ਸੀ, ਕਾਸ਼ ਗਾਣੇ ਦਾ ਵੀਡੀਓ ਇਹਦੇ ਨਾਲੋਂ ਪਹਿਲਾਂ ਬਣਿਆ ਸੀ, ਉਹ ਅਸੀਂ ਆਡੀਅੰਸ ਨੂੰ ਦਵਾਂਗੇ, ਉਹ ਹਜੇ ਦਵਾਂਗੇ 1-2 ਟਰੈਕ ਛੱਡ ਕੇ ਉਹ ਤੋਂ ਬਾਅਦ। ਤੋ ਇਕਦਮ ਜਹਿਨ ਚ ਆਇਆ ਵੀ ਸਭ ਤੋਂ ਪਹਿਲਾਂ ਉਹ ਹੋਣਾ ਚਾਹੀਦਾ ਵੀ ਇੰਨੇ ਗੈਪ ਤੋਂ ਬਾਅਦ ਆ ਰਹੇ ਹਾਂ, ਸੋ ਫਿਰ ਸੋਚ ਲਿਆ ਵੀ ਪਹਿਲਾਂ ਸੱਜਦਾ ਹੀ ਠੀਕ ਆ। ਅੱਛਾ, ਪਹਿਲਾਂ ਆਪਣੇ ਮੁਰਸ਼ਦ ਨੂੰ ਹਨਾ, ਬਿਲਕੁਲ ਬਿਲਕੁਲ, ਉਸ ਅਕਾਲ ਪੁਰਖ ਨੂੰ, ਤਾਂ ਇਹ ਸੋਚ ਕੇ ਪਹਿਲਾਂ ਸੱਜਦਾ ਹੀ ਕੀਤਾ। ਇਸ ਤੋਂ ਪਹਿਲਾਂ ਮੈਂ ਬਾਕੀ ਗੱਲਾਂ ਪੁੱਛਾਂ, ਦਿਲੀ ਖਵਾਇਸ਼ ਹੈਗੀ, ਪਹਿਲਾਂ 2 ਲਾਈਨਾਂ ਇਸ ਗਾਣੇ ਦੀਆਂ ਹੋ ਜਾਣ। ਇਸੇ ਗਾਣੇ ਦੀਆਂ ਲਾਈਨਾਂ ਪਹਿਲਾਂ ਹੀ ਗਾਈਏ ਆਪਾਂ ਜਾਂ ਬਾਅਦ ਚ ਨਾ ਗਾਈਏ? ਨਹੀਂ, ਪਹਿਲਾਂ ਗਾਈਏ, ਪਹਿਲਾਂ ਗਾ। ਹੁਣ ਉਹਨਾਂ ਪਤਾ ਕੀ ਅੰਦਰ ਮੰਨਿਆ, ਖੁਦਾ ਨੂੰ ਜਾਨ ਦੇਣੀ ਏ, ਇੱਕ ਗੱਲ ਆਖਾਂ ਸ਼ਰਿਆ, ਮੰਨਿਆ ਖੁਦਾ ਨੂੰ ਜਾਨ ਦੇਣੀ ਏ, ਕੀ ਬਾਤ ਹੈ, ਇੱਕ ਗੱਲ ਆਖਾਂ ਸ਼ਰਿਆ, ਸਜਦਾ ਕਰਾਂ ਮੈਂ ਦੂਜਾ ਰੱਬ ਨੂੰ, ਪਹਿਲੀ ਮੇਰੇ ਯਾਰ ਨੂੰ ਸਲਾਮ, ਸਜਦਾ ਕਰਾਂ ਮੈਂ ਦੂਜਾ ਰੱਬ ਨੂੰ, ਪਹਿਲੀ ਮੇਰੇ ਯਾਰ ਨੂੰ ਸਲਾਮ। ਕਿਆ ਬਾਤ ਹੈ ਬਾਜੀ, ਬਹੁਤ ਅੱਛੀ ਆਵਾਜ਼ ਬਖਸ਼ੀ ਹੈ ਰੱਬ ਨੇ ਤੁਹਾਨੂੰ। ਸੋ ਹੁਣ ਮੈਂ ਰਿਆਜ਼ ਦੀ ਗੱਲ ਕਰਾਂ, ਕਿੰਨੇ ਘੰਟੇ ਰਿਆਜ਼ ਤੇ ਲਾਣੇ ਪੈਂਦੇ? ਪਹਿਲਾਂ ਤਾਂ ਰਿਆਜ਼ ਬਹੁਤ ਕੀਤਾ, ਹੁਣ ਏਦਾਂ ਹੁਣ ਰਿਆਜ਼ ਵਾਲਾ ਸਿਸਟਮ ਏਦਾਂ ਦਾ ਹੋ ਗਿਆ ਵੀ ਪ੍ਰੋਗਰਾਮ ਹੁੰਦੇ ਨੇ, ਪ੍ਰੋਗਰਾਮ ਹੀ ਇੱਕ ਰਿਆਜ਼ ਹੁੰਦਾ। ਹਾਂਜੀ ਹਾਂਜੀ ਹਾਂਜੀ, ਸੋ ਕੋਸ਼ਿਸ਼ ਵੀ ਕਰੀ ਦੀ ਤੜਕੇ ਉੱਠ ਕੇ ਰਿਆਜ਼ ਕਰਨ ਦੀ, ਪਰ ਫਿਲਹਾਲ ਪ੍ਰੋਗਰਾਮ ਚ ਜ਼ਿਆਦਾ ਰਿਆਜ਼ ਹੋ ਜਾਂਦਾ, 2-2 ਘੰਟੇ ਦੀ ਸਟੇਜ, 3-3 ਘੰਟੇ ਵੀ ਲੰਘ ਜਾਂਦੇ, ਔਰ ਫਿਰ ਇੱਕ ਦਿਨ ਗਾ ਕੇ 3-3 ਦਿਨ ਤਾਂ ਜੀ ਨੀ ਕਰਦਾ, ਸਟੇਜ ਤੇ ਜ਼ੋਰ ਲੱਗ ਜਾਂਦਾ। ਸੋ ਰਿਆਜ਼ ਸਭ ਤੋਂ ਵੱਡਾ ਉਹ ਜਿਹੜਾ ਸਟੇਜ ਤੇ ਗਾਉਣਾ। ਸੋ ਹੁਣ ਤੁਹਾਡਾ ਗਾਣਾ ਆਇਆ ਹੈਗਾ ਗੁਲਾਮ, ਉਹਨਾਂ ਦੀ ਜੇ ਮੈਂ ਗੱਲ ਕਰਾਂ, ਇੱਕ ਆਪਣੀ ਪਰਸਨਲ ਲਾਈਫ ਦੇ ਵਿੱਚ ਗੁਲਾਮ ਹੋਣੀ ਕੀ ਹੈਗਾ? ਸੇਵਾਦਾਰ, ਰੱਬ ਦੇ ਸੇਵਾਦਾਰ। ਸੇਵਾਦਾਰ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਪਸੰਦ ਹੈ ਜ਼ਿੰਦਗੀ ਨਾਲ ਰਿਲੇਟ ਕਰਦੀ ਹੋਈ, ਜੋ ਵਾਕਈ ਬਹੁਤ ਦਿਲ ਦੇ ਕਰੀਬ? ਦਿਲ ਦੇ ਕਰੀਬ ਜਿਹੜੀ ਗੱਲ ਕਹੀ ਹੈ, ਦਿਲ ਦੇ ਕਰੀਬ ਤਾਂ ਮੁਰਸ਼ਦ ਹੀ ਹੈ। ਹਾਂਜੀ, ਮੁਰਸ਼ਦ ਨਾਲੋਂ ਜ਼ਿਆਦਾ ਦਿਲ ਦੇ ਕਰੀਬ ਹੋਰ ਕੋਈ ਚੀਜ਼ ਲੱਗਦੀ ਨਹੀਂ। ਗੱਲ ਕਰਦੇ ਆ, ਰਿਸ਼ਤੇ ਹੁੰਦੇ ਆ, ਭੈਣ ਭਰਾ, ਮਾਂ ਬਾਪ ਸਾਰੇ, ਸੋ ਉਹ ਵੀ ਦਿਲ ਦੇ ਕਰੀਬ ਹੁੰਦੇ ਨੇ। ਤਾਂ ਦਿਲ ਦੀ ਗੱਲ ਕਰਦੇ ਕਰਦੇ ਮੇਰੀ ਇੱਕ ਬਹੁਤ ਵੱਡੀ ਗੱਲ ਯਾਦ ਆਈ ਵੀ ਦਿਲ ਇੱਕ ਕਾਰਖਾਨਾ ਹੈ ਭਾਜੀ, ਦਿਲ ਇੱਕ ਕਾਰਖਾਨਾ ਹੈ। ਦਿਲ ਦੇ ਵਿੱਚ ਆਪਾਂ ਕਿੰਨੀਆਂ ਚੀਜ਼ਾਂ ਰੱਖਦੇ ਹਾਂ, ਕੋਈ ਅਜਨਬੀ ਬੰਦਾ ਮਿਲ ਗਿਆ ਉਹ ਵੀ ਦਿਲ ਚ, ਉਹ ਸੋਹਣਾ ਲੱਗਿਆ ਕੋਈ ਉਹ ਵੀ ਦਿਲ ਚ, ਕਿਸੇ ਦੀ ਕੋਈ ਗੱਲ ਬੜੀ ਵਧੀਆ ਲੱਗੀ ਉਹ ਵੀ ਦਿਲ ਨੂੰ ਟੱਚ ਕਰ ਜਾਂਦੀ ਹੈ। ਫਿਲਹਾਲ ਜਗ੍ਹਾ ਅਗਰ ਦਿੱਤੀ ਜਾਵੇ ਤਾਂ ਜਿੱਦਾਂ ਦਸਮ ਪਿਤਾ ਨੇ ਲਿਖਿਆ ਕਿ ਮਨ ਜੀਤੇ ਜਗ ਜੀਤ, ਤਾਂ ਫਿਰ ਉਹ ਜਗ੍ਹਾ ਚਾਹੀਦੀ ਹੈ ਮਨ ਦੇ ਵਿੱਚ। ਅਗਰ ਮਨ ਦੇ ਵਿੱਚ ਕਿਸੇ ਨੂੰ ਜਗ੍ਹਾ ਦਿੱਤੀ ਗਈ, ਸ਼ਾਇਦ ਸਾਰਾ ਕੁਝ ਜਿੱਤ ਲਿਆ। ਗੱਲ ਦਿਲ ਤੇ ਲੱਗਣ ਤੋਂ ਮੈਨੂੰ ਗੱਲ ਯਾਦ ਆਈ ਕਿ ਗੁਲਾਮ ਹੋਣੀ ਬਹੁਤ ਇਮੋਸ਼ਨਲ ਹੈਗੇ ਆ, ਲੋਕ ਕਹਿੰਦੇ ਹੋਣਗੇ ਮੈਨੂੰ, ਤੁਹਾਨੂੰ ਲੱਗਿਆ? ਨਹੀਂ, ਮੈਂ ਤੇ ਜੋ ਲੱਗਿਆ ਉਹ ਮੈਂ ਦੱਸੂਗਾ, ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ, ਤੁਹਾਨੂੰ ਲੱਗਦਾ ਕਿ ਤੁਸੀਂ ਕਿੰਨੇ ਕੁ ਇਮੋਸ਼ਨਲ ਹੈਗੇ? ਪਤਾ ਜਿਹਾ ਨਹੀਂ ਲੱਗਦਾ ਕੁਛ ਵੀ ਕਦੋਂ ਕੀ ਬਣ ਜਾਂਦਾ, ਕਿਉਂਕਿ ਮੈਂ ਤੇ ਇਹ ਫੀਲ ਕਰ ਰਿਹਾ ਹੈਗਾ ਮਤਲਬ ਕਿ ਖੁੱਲੇ ਦਿਲ ਦੇ ਹੈਗੇ ਆ ਜੀ, ਬਸ ਇੱਕ ਵਾਰ ਚ ਕਿਸੇ ਦਾ ਵੀ ਹੋ ਜਾਣਾ, ਕੁਛ ਐਸੀ ਫੀਲਿੰਗ ਤੁਹਾਡੇ ਕੋਲ ਮੈਨੂੰ ਹੋ ਰਹੀ ਹੈ। ਤੇ ਮੇਰੇ ਨਾ ਪਾਪਾ ਅਕਸਰ ਇੱਕ ਗੱਲ ਕਰਦੇ ਹੁੰਦੇ ਨੇ ਕਿਸੇ ਵੀ ਗਾਣੇ ਨੂੰ ਲੈ ਕੇ ਕਿ ਅਸੀਂ ਨਾ ਇੱਕ ਸੋਚ ਰੱਖੀ ਹੋਈ ਕਿ ਗਾਣਾ ਆਇਆ ਜੀ ਉਹ ਕੁੜੀ ਵਾਸਤੇ ਗਾਇਆ ਹੋਣਾ, ਬਿਲਕੁਲ ਬਿਲਕੁਲ, ਅਗਰ ਤੂੰ ਮਿਲ ਜਾਓ ਜ਼ਮਾਨਾ ਛੋੜ ਦੇਂਗੇ, ਪਰ ਉਹ ਪਾਪਾ ਕਹਿੰਦੇ ਨਹੀਂ ਏਦਾਂ ਨਹੀਂ ਹੈ, ਉਸ ਰੱਬ ਨਾਲ ਵੀ ਉਹ ਗੱਲ ਕਨੈਕਟ ਕਰਦੀ ਹੈ ਬਿਲਕੁਲ ਕਿਸੇ ਹੱਦ ਤੱਕ, ਹੈਨਾ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਹਰ ਇੱਕ ਗਾਣੇ ਵਿੱਚ ਰੱਬ ਵਸਾਇਆ ਜਾ ਸਕਦਾ ਹੈ? ਬੰਦੂਕ ਵੀ ਆਉਂਦੀ ਹੈ, ਬੰਦੂਕ ਵੀ ਆਉਂਦੀ ਹੈ, ਕੁਛ ਹਰ ਗਾਣੇ ਚ ਨਸ਼ਾ ਵੀ ਆਉਂਦਾ ਹੈ ਤੇ ਕੁਝ ਉਹ ਵਿੰਗੀਆਂ ਉਂਗਲਾਂ ਕਰਕੇ ਯੋ 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 ਵੀ ਆਉਂਦੇ। ਬਿਲਕੁਲ ਬਿਲਕੁਲ, ਤੁਹਾਡਾ ਇਸ ਬਾਰੇ ਕੀ ਰਾਏ ਹੈਗੀ, ਤੁਹਾਡਾ ਇਸ ਬਾਰੇ ਕੀ ਟੇਕ ਹੈ?
ਮੈਂ ਇਸ ਬਾਰੇ ਇਹੀ ਕਹਿਣਾ ਚਾਹੁੰਦਾ ਵੀ ਜੇ ਤਾਂ ਹੁਣ ਆਪਾਂ ਇਹਨਾਂ ਨੂੰ ਕੁਛ ਕਹਿੰਦੇ ਹਾਂ ਤਾਂ ਅੱਜ ਦਾ ਜਿਹੜਾ ਯੂਥ ਹੈ, ਯੂਥ ਦੀ ਕੋਈ ਇਹ ਮੰਗ ਹੈ, ਯੂਥ ਹੀ ਇਹ ਚੀਜ਼ ਭਾਲਦਾ। ਅਗਰ ਮੇਰੇ ਵਰਗਾ ਕੋਈ ਉੱਠ ਕੇ ਇਹ ਜੀ ਕੰਮ ਕਰ ਵੀ ਦਿੰਦਾ ਹੈ, ਵਧੀਆ ਗਾ ਵੀ ਦਿੰਦਾ ਹੈ, ਹਨਾ, ਤਾਂ ਫਿਰ ਤੁਹਾਨੂੰ ਪਤਾ ਹੀ ਹੈ ਉਹ ਅੰਗੂਠਾ ਥੱਲੇ ਨੂੰ ਕਰ ਦਿੰਦੇ ਆ ਮੋਬਾਈਲ ਤੇ ਇੱਕ ਮਿੰਟ ਚ, ਹਨਾ। ਤੇ ਜਿਹੜਾ ਓਦਾਂ ਦਾ ਵਧੀਆ ਵੀਡੀਓ ਬਾਹਰੋਂ ਲੈ ਕੇ ਆ ਜਾਂਦਾ, ਪੰਜ ਸੱਤ ਬੀਬੀਆਂ ਵੀ ਨਾਲ ਹੁੰਦੀਆਂ ਨੇ, ਸੋ ਉਹਨੂੰ ਅੰਗੂਠਾ ਇਹ ਖੜਾ ਕਰ ਦਿੰਦੇ ਆ। ਤੇ ਇਹ ਇਹਨਾਂ ਨੂੰ ਕਿੱਦਾਂ ਸਮਝਾਇਆ ਜਾ ਸਕਦਾ ਮੈਨੂੰ, ਸ਼ਾਇਦ ਮੈਂ ਅੱਗੇ ਗੱਲ ਕੀਤੀ ਆਪਣੀ ਐਂਡੀ ਬਲੈਂਕ ਨਾਲ ਵੀ ਪ੍ਰੋਡਕਸ਼ਨ ਵਾਲਿਆਂ ਨਾਲ, ਵੀ ਆਪਾਂ ਅਗਲੇ ਗਾਣੇ ਚ ਨਾ ਮਾੜੀ ਜਿਹੀ ਝਲਕ ਕੋਟ ਪੈਂਟ ਦੀ ਦੇ ਕੇ ਭਾਵੇਂ ਚਾਦਰਾ ਕੁੜਤਾ ਹੀ ਹੋਵੇ, ਪਰ ਗਾਉਣਾ ਜਿਹੜੀ ਪੈਡ ਲਾਈਨ ਹੋਊਗੀ ਜਿਵੇਂ ਕੈਟ ਕੈਟ ਦਾ ਕੱਪ ਤੇ ਕਾਫੀ ਕੈਪੇਚੀਨੋ ਦੀ, ਇਹਨੇ ਨਾਲ ਇਹਨਾਂ ਨੇ ਹੀ ਸੁਣਨਾ, ਇਹਨੇ ਨਾਲ ਇਹਨਾਂ ਨੇ ਗਾਣਾ ਸੁਣ ਲੈਣਾ ਵੀ ਹਾਂ ਕੁਛ ਆ ਰਿਹਾ ਆ ਰਿਹਾ ਕੁਛ। ਤੇ ਉਹ ਜਿਹੜੇ ਵਿੱਚ ਗੱਲਾਂ ਨੇ ਉਹ ਬਹੁਤ ਵਧੀਆ ਨੇ, ਉਹ ਹੈਗਾ ਵਿੱਚ ਅਮੀਰੀ ਜਿਸਨੂੰ ਹਰ ਕੋਈ ਭੈਣ ਬੁਲਾਉਂਦਾ ਹੈ, ਮਾੜੇ ਵਕਤ ਚ ਉਹੀ ਸਭ ਦੀ ਭਾਬੀ ਹੋ ਜਾਵੇ, ਕੈਟ ਕੈਟ ਦਾ ਕੱਪ ਤੇ ਕਾਫੀ ਕੈਪੇ ਚੀਨੇ ਦੀ, ਸੋਹਣੀ ਦੇ ਬੁੱਲਾਂ ਨਾਲ ਲੱਗ ਕੇ ਹੋਰ ਸਵਾਦੀ ਹੋ ਜਾਵੇ, ਲੋੜ ਕੀ ਮਿੱਤਰ ਉਹਨੂੰ ਫਿਰ ਠੇਕੇ ਜਾਵਣ ਦੀ ਜੋ ਨੈਣਾ ਚੋਂ ਪੀੜ ਦਾਦੀ ਹੋ ਜਾਵੇ। ਗੱਲਾਂ ਸਾਰੀਆਂ ਵਿੱਚ ਭਾਵੇਂ ਵਧੀਆ ਹੋਣ, ਪਰ ਇਹਨਾਂ ਨੂੰ ਸੁਣਾਉਣਾ, ਜਦੋਂ ਉਹ ਕਹਿੰਦੇ ਹੁੰਦੇ ਨਾ ਭੇਡਾਂ ਚ ਜਦੋਂ ਬਣਨਾ ਹੋਵੇ ਫਿਰ ਭੇਡ ਚਾਲ ਉਦਾਂ ਦੀ ਰੱਖਣੀ ਰੱਖਣੀ ਪੈਂਦੀ ਹੈ। ਹੁਣ ਮੈਂ ਨਾ ਵੀਡੀਓ ਦੇ ਉੱਤੇ ਹੁੰਦਾ ਇੰਡੀ ਬਲਿੰਗ ਭਾਈ ਦੀ ਗੱਲ ਕਰਦਾ, ਜਦੋਂ ਵੀਡੀਓ ਬਣ ਗਈ ਸੀਗੀ ਮੈਂ ਸੁਣਿਆ ਸੀ ਵੀਡੀਓ ਵੇਖਦੇ ਨੀ ਸੀ ਪਏ, ਬਿਲਕੁਲ ਤੁਹਾਨੂੰ ਕੁਛ ਵਾਹਵਾ ਝੂਠ ਝਾੜ ਬੋਲ ਕੇ ਝਾਂਸੇ ਚ ਲੈ ਕੇ ਵੀਡੀਓ ਦਿਖਾਈ ਗਈ ਹੈ। ਬਿਲਕੁਲ ਜੀ ਬਿਲਕੁਲ। ਹਾਂ ਉਹ ਮੈਨੂੰ ਥੋੜਾ ਦੱਸੋ ਜਰਨੀ ਬਾਰੇ, ਉਹ ਕੀ ਹੋਇਆ, ਕੀ ਸੀਨ ਕੀ ਹੋਇਆ? ਉਹ ਹੋਇਆ ਸੀ ਇਦਾਂ ਵੀ ਮੈਂ ਚਾਹੁੰਦਾ ਸੀ ਵੀ ਜਿਹੜਾ ਮੇਰੀ ਉਹ ਲੁੱਕ ਸੀ ਨਾ ਸੂਫੀ ਲੁੱਕ, ਵੀ ਉਹ ਲੋਕਾਂ ਦੇ ਸਾਹਮਣੇ ਨਾ ਆਵੇ, ਮਸਾਂ ਗੈਪ ਸੀਗਾ, ਮੈਂ ਚਾਹੁੰਦਾ ਵੀ ਕੁਛ ਨਵਾਂ ਕਰੀਏ, ਕਿਉਂਕਿ ਆਹੀ ਜਿਹੜੀ ਪਹਿਲਾਂ ਗੱਲ ਕਰਦੇ ਹਟੋ ਵੀ ਯੂਥ ਨੇ ਨੀ ਪਸੰਦ ਕਰਨਾ। ਅੱਛਾ, ਸੋ ਪਿਆਰ ਬਹੁਤ ਬਖਸ਼ਿਆ, ਜਿੰਨੀ ਵੀ ਆਡੀਅੰਸ ਨੇ ਪਿਆਰ ਬਖਸ਼ਿਆ ਨਾ, ਵਾਈਟ ਹੈਲ ਵਾਲਿਆਂ ਦੇ ਪੇਜ ਤੇ ਵੀ, ਸਾਡੇ ਫੇਸਬੁੱਕ ਪੇਜ ਤੇ ਵੀ, ਯੂਟਿਊਬ ਤੇ ਵੀ, ਸੋ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਪਰ ਉਹ ਮੇਰੇ ਹਿਸਾਬ ਦੇ ਨਾਲ ਵੀ ਉਹ ਮੈਨੂੰ ਉਹ ਜਿਹੜੇ ਲੋਕ ਲੱਗਦੇ ਨੇ ਉਹ ਸੂਝਵਾਨ ਲੱਗਦੇ ਨੇ, ਜੇ ਮੰਨ ਕੇ ਚੱਲੀਏ ਵੀ ਅੱਜ ਦੇ ਕਾਲਜਾਂ ਦਾ ਯੂਥ ਜਾਂ ਹੋਰ, ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਮੈਨੂੰ ਪਸੰਦ ਕੀਤਾ ਹੋਊਗਾ। ਵੀਡੀਓ ਦਿਖਾਉਣ ਲੱਗੇ ਝੂਠ ਕੀ ਬੋਲਿਆ ਗਿਆ ਸੀ? ਬਸ ਇਹੀ ਬੋਲਿਆ ਗਿਆ ਸੀ ਵੀ ਤੁਸੀਂ ਟਾਈਮ ਤੇ ਦੇਖਿਓ, ਉਹ ਇੱਕ ਸਿਸਟਮ ਹੁੰਦਾ ਨਾ ਵੀ ਏਦਾਂ ਕਰੋ ਜੀ, ਦੇਖਾਂਗੇ ਲੋਕ ਪਸੰਦ ਕਰਦੇ, ਤੁਸੀਂ ਤੁਹਾਨੂੰ ਬਾਅਦ ਚ ਦੇਖਾਂਗੇ ਤੁਹਾਨੂੰ ਪਸੰਦ ਹੈਗਾ ਜਾਂ ਨਹੀਂ, ਅਗਰ ਆਡੀਅੰਸ ਨੇ ਪਸੰਦ ਕਰ ਲਿਆ ਫਿਰ ਤਾਂ ਮੰਨੋਗੇ, ਔਰ ਉਹ ਗੱਲ ਆਪਣੇ ਨਾਲ ਹੋ ਗਈ, ਆਡੀਅੰਸ ਨੇ ਪਸੰਦ ਕੀਤਾ, ਆਡੀਅੰਸ ਨੇ ਪਸੰਦ ਕੀਤਾ। ਵਾਕੇ ਬਾਜੀ ਥੋੜੀ ਲੇਖਣੀ ਜੋ ਹੈਗੀ, ਥੋੜਾ ਜੋ ਕੰਟੈਂਟ ਹੈਗਾ ਆ ਸਾਹਿਤ ਨਾਲ ਕਾਫੀ ਜੁੜਿਆ ਹੋਇਆ ਆ, ਤੇ ਲੋਕ ਜ਼ਰੂਰ ਪਸੰਦ ਕਰਨਗੇ ਇਸ ਚੀਜ਼ ਨੂੰ, ਇਦਾਂ ਦੀ ਕੋਈ ਗੱਲ ਹੁੰਦੀ ਨਹੀਂ ਹੈ। ਅੱਛਾ, ਜੇ ਹੁਣ ਗੁਲਾਮ ਬਾਜੀ ਅੱਜ ਸਿੰਗਰ ਨਾ ਹੁੰਦੇ, ਗਾਇਕੀ ਨਾ ਕਰਨੀ ਹੁੰਦੀ, ਤਾਂ ਫਿਰ ਕੀ ਕਰਦੇ? ਫਿਰ ਗੁਲਾਮ ਹੁੰਦੇ, ਗੁਲਾਮ ਹੁੰਦੇ, ਗੁਲਾਮ, ਔਰ ਜਿਹੜਾ ਗੁਲਾਮ ਹੋ ਗਿਆ ਉਹਨੂੰ ਗਿਲਾ ਕੋਈ ਨੀ, ਜਿਹੜਾ ਸੇਵਾਦਾਰ ਉਹਨੂੰ ਸ਼ਿਕਵਾ ਕੋਈ ਨਹੀਂ। ਕਰਦਿਆਂ ਨੇ ਕਦੇ ਕਿਹਾ ਨਹੀਂ? ਨਹੀਂ, ਕਰਦਿਆਂ ਨੇ ਆਪ ਹੀ ਤਾਂ ਚੜਾਤਾ ਕਿਤੇ। ਅੱਛਾ ਅੱਛਾ, ਅਕਸਰ ਹੁੰਦਾ ਹੈ ਕਿ ਮੈਂ ਤੇ ਜਿਵੇਂ ਕੋਈ ਸਿੰਗਰ ਆਉਂਦਾ ਨਾ, ਜਦੋਂ ਮੈਂ ਇਹ ਗੱਲ ਪੁੱਛਦਾ ਨਾ ਕਿ ਘਰਦਿਆਂ ਨੇ ਸਪੋਰਟ ਕੀਤੀ, ਉਹ ਸ਼ੁਰੂਆਤ ਇਹੀ ਹੁੰਦੀ ਘਰਦੇ ਕਹਿੰਦੇ ਕਿੱਧਰ ਚੜ ਗਿਆ, ਮਤਲਬ ਇਉਂ ਹੈ, ਪਰ ਤੁਸੀਂ ਪਹਿਲੇ ਜਿਹੜੇ ਕਹਿ ਰਹੇ ਘਰਦਿਆਂ ਨੇ ਆਪ ਹੀ ਚੜਾ ਦਿੱਤਾ, ਘਰਦਿਆਂ ਨੇ ਚੜਾ ਦਿੱਤਾ। ਅੱਛਾ, ਇਹ ਕਿੱਦਾਂ ਲੱਗਾ ਘਰਦਿਆਂ ਨੂੰ ਪਤਾ ਕਿ ਹਾਂ ਮੁੰਡੇ 'ਚ ਗੁਣ ਹੈਗਾ, ਇੱਧਰ ਜਾਏਗਾ ਤੇ ਬੱਲੇ ਬੱਲੇ ਕਰਾਏਗਾ? ਬਚਪਨ ਤੋਂ। ਅੱਛਾ, ਬਚਪਨ ਤੋਂ ਪਹਿਲਾਂ ਗਾਣੇ ਕਿਹੜੇ ਪਤਾ ਲੱਗ ਜਾਂਦਾ ਨਾ, ਉਹ ਕਹਾਵਤ ਜਿਹਦੀ ਹੋਰ ਹਾਰ ਵਿਹਾ ਕੇ ਪਤਾ ਨਹੀਂ ਹੋਰ ਚਿਕਨੇ ਚਿਕਨੇ ਪਾਤ ਨਾ, ਓਦਾਂ ਪਤਾ ਲੱਗ ਜਾਂਦਾ ਵੀ ਇਹ ਸਿਸਟਮ ਇਹਦਾ ਇਹੋ ਜਿਹਾ, ਇਹ ਇੱਧਰ ਹੀ ਆਊਗਾ। ਸੋ ਐ ਤਾਂ ਉਸਤਾਦ ਵੀ ਬਣਾਏ ਮੇਰੇ ਮੁਰਸ਼ਿਦ ਜੋਗੀ ਲਾਲ ਸ਼ਾਹ, ਤੋ ਉਹਨਾਂ ਤੋਂ ਵੀ ਸਿੱਖਣ ਨੂੰ ਮਿਲਿਆ, ਉਹਨਾਂ ਦੀ ਤਲੀਫ ਤੋਂ ਬਾਅਦ ਸ਼ਰਿੰਦਰ ਸ਼ਰਮਾ ਜੀ ਲੁਧਿਆਣੇ ਤੋਂ, ਹਾਂਜੀ, ਉਹਨਾਂ ਤੋਂ ਵੀ ਕਾਫੀ ਸੰਗਤ ਕੀਤੀ, ਠੀਕ ਹੈ। ਸੋ ਸਿੱਖੇ ਤੋਂ ਬਿਨਾਂ ਕੋਈ ਚੀਜ਼ ਆਉਂਦੀ ਨਹੀਂ, ਫਿਲਹਾਲ ਮੈਂ ਇਹ ਸੋਚਦਾ ਵੀ ਮੈਨੂੰ ਗਾਉਣਾ ਹੀ ਨਹੀਂ ਆਉਂਦਾ। ਅੱਛਾ, ਕਿਉਂਕਿ ਗਾਉਣਾ ਬਹੁਤ ਦੂਰ ਹੈ, ਨਾ ਗਾ, ਹਨਾ, ਗਾਣਾ, ਗਾਣਾ, ਬਿਲਕੁਲ ਬਿਲਕੁਲ। ਸੋ ਅੱਜ ਅੱਜ ਵੱਡੀਆਂ ਵੱਡੀਆਂ ਮਸ਼ੀਨਾਂ ਨੇ ਬਾਜੀ, ਕੋਈ ਬੇਸੁਰਾ ਵੀ ਹੋ ਜਾਂਦਾ ਉਹਨੂੰ ਵੀ ਚੱਕ ਕੇ ਸੈੱਟ ਕਰ ਲੈਂਦੇ ਨੇ, ਹਨਾ। ਸੋ ਗਾਉਣਾ ਤਾਂ ਲਾਈਵ ਆ, ਜਿਹੜਾ ਲਾਈਵ ਪਰਫਾਰਮੈਂਸ ਹੈ ਨਾ ਉਹ ਗਾਉਣਾ। ਅੱਛਾ, ਕਹਿੰਦੇ ਨੇ ਕਿ ਅੱਜ ਕੱਲ੍ਹ ਨਾ ਇੱਕ ਬੜਾ ਦੌਰ ਚੱਲਿਆ ਹੋਇਆ, ਇੱਕ ਭੇਡ ਚੱਲ, ਜਿਵੇਂ ਤੁਸੀਂ ਇੱਕ ਸ਼ਬਦ ਯੂਜ਼ ਕੀਤਾ ਸੀਗਾ, ਜੀ ਜੀ ਜੀ, ਹਾਂ, ਉਹਦੇ ਵਿੱਚ ਇਹ ਸੀਗਾ ਕਿ ਜਿਹੜੇ ਵਿਊਜ਼ ਹੈਗੇ ਆ ਫੇਕ ਵੀ ਬਹੁਤ ਹੋ ਰਹੇ ਆ, ਰੀਅਲ ਵੀ ਬਹੁਤ ਹੋ ਰਹੇ ਆ, ਹੈਨਾ, ਤੇ ਤੁਹਾਡਾ ਇਸ ਬਾਰੇ ਕੀ ਦੇਖ ਹੈਗਾ? ਮੈਂ ਬਾਜੀ ਇਹ ਕਹਿ ਸਕਦਾ ਵੀ ਮੈਂ ਇੱਕ ਤਾਂ ਪੜਿਆ ਘੱਟ ਹੋਇਆ, 8-9 ਹੀ ਪੜਿਆ ਹੋਇਆ, ਸੋ ਉਹ ਜਿਹੜਾ ਅੰਗੂਠਾ ਜਿਹਾ ਖੜਾ ਕਰਦੇ ਆ ਜਾਂ ਇਹ ਜਿਹੜੇ ਵਧੀ ਜਾਂਦੇ ਨੇ ਵੀ ਇੰਨੇ ਲੋਕਾਂ ਨੇ ਦੇਖ ਲਿਆ, ਹਨਾ, ਹਾਂਜੀ ਹਾਂਜੀ ਹਾਂਜੀ, ਸੋ ਇਹ ਖਰੀਦ ਲੈਂਦੇ ਨੇ ਬਾਬੇ ਉਹ, ਤੇ ਸਵਾਦ ਤਾਂ ਹੁੰਦਾ ਨਾ ਵੀ ਲੋਕ ਕਹਿਣ ਵੀ ਹਾਂ ਇਹ ਅਸੀਂ ਦੇਖਿਆ ਇਹ ਸਾਨੂੰ ਪਸੰਦ ਹੈ। ਸੋ ਅੱਜ ਇੱਕ ਇਹ ਦੌਰ ਹੈ ਵੀ ਜਿਹੜੇ ਸਾਡੇ ਬੱਚੇ ਦੇ ਨਵਾਂ ਯੂਥ ਹੈ ਜੀ, ਉਹਨਾਂ ਨੂੰ ਜਦੋਂ ਉਹਨਾਂ ਨੇ ਦੇਖਿਆ ਵੀ ਇਹ 1 ਲੱਖ ਜਾਂ 2 ਲੱਖ ਤੋਂ ਟੱਪ ਗਿਆ, ਉਹ ਰੋਲਾ ਆਪ ਹੀ ਪਾ ਦਿੰਦੇ ਨੇ ਬੱਚੇ ਵੀ ਆਹ ਟਰੈਕ ਆਇਆ ਫਲਾਨਾ ਬੜਾ ਵਧੀਆ, ਵੀ ਇਹ 2 ਲੱਖ ਤੋਂ ਟੱਪ ਗਿਆ, 3 ਲੱਖ ਤੋਂ ਟੱਪ ਗਿਆ, ਸੋ ਇਹ ਇੱਕ ਕਮਾਈ ਦਾ ਸਾਧਨ ਬਣ ਗਿਆ, ਸਾਧਨ ਬਣ ਗਿਆ ਹੋਇਆ, ਗਾਇਕੀ ਤਾਂ ਰਹੀ ਨੀ ਕਮਾਈ ਦਾ ਸਾਧਨ ਹੈ। ਸੋ ਬਾਜੀ ਹੁਣ ਪੰਜਾਬ ਦੀ ਪੂਰੇ ਗੱਲ ਕਰਾਂ, ਜਲੰਧਰ ਰੇਡੀਓ ਸਿਟੀ ਦੀ ਗੱਲ ਕਰਾਂ, ਪਟਿਆਲੇ ਦੀ ਗੱਲ ਕਰਾਂ, ਕੀ ਮੈਸੇਜ ਦੇਣਾ ਚਾਹੋਗੇ ਯੂਥ ਨੂੰ? ਬਸ ਯੂਥ ਨੂੰ ਮੈਸੇਜ ਇਹੀ ਹੈ ਵੀ ਮੈਂ ਦੁੱਖਾਂ ਦਾ ਮਾਰਿਆ ਪੰਜਾਬ ਬੋਲਦਾ,
ਜਿਹੜਾ ਸਿਸਟਮ ਸਾਡੇ ਪੰਜਾਬ ਦਾ ਸੀ ਉਹ ਚੇਂਜ ਹੀ ਹੋ ਚੁੱਕਿਆ। ਅਗਰ ਇਹਨਾਂ ਨੂੰ ਕੁਛ ਕਹਿੰਦੇ ਵੀ ਆ ਤਾਂ ਅੱਜ ਕੱਲ ਜਿਹੜਾ ਚੱਲਿਆ ਹੋਇਆ ਆਪਾਂ ਨੂੰ ਪਤਾ ਆਪਾਂ ਤਰੱਕੀ ਕੀਤੀ ਹੈ ਨੈਟ ਨੂੰ ਲੈ ਕੇ ਆਪਾਂ ਤਰੱਕੀ ਕੀਤੀ ਹੈ ਨਾ, ਕਿੰਨੀਆਂ ਸਾਈਟਾਂ ਬਣ ਗਈਆਂ, ਐਪਸ ਆ ਗਏ ਹਨਾ, ਬਹੁਤ ਕੁਝ ਹੋ ਗਿਆ, ਬਹੁਤ ਕੁਝ ਹੋ ਗਿਆ, ਤਰੱਕੀ ਕੀਤੀ ਹੈ। ਤਰੱਕੀ ਦੇ ਨਾਲ ਨਾਲ ਇਹ ਵੀ ਹੋਇਆ ਨਾ ਵੀ ਜੇ ਕੋਈ ਬੰਦਾ ਵਧੀਆ ਗੱਲ ਕਰਦਾ ਤਾਂ ਉਹਨੂੰ ਗੂਠਾ ਵੀ ਇੱਕ ਮਿੰਟ ਚ ਥੱਲੇ ਨੂੰ ਆਉਂਦਾ, ਬਿਲਕੁਲ। ਯੂਥ ਦੇ ਖਿਲਾਫ਼ ਕੋਈ ਮਾੜੀ ਜਿਹੀ ਵੀ ਗੱਲ ਕੀਤੀ ਅਗਲਾ ਨਾ ਜਾ ਯਾਰ ਆਪਣੀ ਬੋਲੀ ਜਾਂਦੀ। ਬੇਸਿਕ ਤੁਸੀਂ ਇਹੀ ਕਹਿਣਾ ਚਾਹੁੰਦੇ ਕਿ ਚੰਗਾ ਸੁਣੋ ਤੇ ਚੰਗੇ ਨੂੰ ਹੀ ਧਾਰੋ। ਇਹ ਮੈਂ ਕਹਿਣਾ ਚਾਹੁੰਦਾ ਵਾ ਪਰ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਚੰਗਾ ਸੁਣਦੇ ਨੇ, ਸੁਣਦੇ ਨੇ ਕਿਆ ਬਾਤ, ਜਿਨ੍ਹਾਂ ਨੇ ਸੁਣਨਾ ਨਹੀਂ ਉਹਨਾਂ ਨੂੰ ਆਪਾਂ ਕਹਿਣਾ ਵੀ ਕੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਵਕਤ ਦਿੱਤਾ ਤੁਸੀਂ ਰੇਡੀਓ ਸਿਟੀ ਨੂੰ, ਐਂਡ ਉਮੀਦ ਕਰਦੇ ਹਾਂ ਅੱਗੇ ਵੀ ਇੱਦਾਂ ਤੁਹਾਡੇ ਪ੍ਰੋਜੈਕਟਸ ਆਉਂਦੇ ਰਹਿਣਗੇ ਤੇ ਬੱਲੇ ਬੱਲੇ ਕਰਾਉਂਦੇ ਰਹਿਣਗੇ। ਬਿਲਕੁਲ ਜੀ, ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਔਰ ਫਿਰ ਤੋਂ ਰੇਡੀਓ ਸਿਟੀ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ।